ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਨੇ, ਪਰ ਅਮਰਗੜ੍ਹ ਦਾ 1954 ਵਿੱਚ ਪੈਪਸੂ ਸਰਕਾਰ ਵੇਲੇ ਹੋਂਦ ਵਿੱਚ ਆਇਆ 108 ਪਿੰਡਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲਾ 30 ਬਿਸਤਰਿਆਂ ਦਾ ਹਸਪਤਾਲ ਅੱਜ ਖੁਦ ਬਿਮਾਰ ਲੱਗ ਰਿਹਾ। 2013 ਵਿੱਚ ਅਕਾਲੀ ਭਾਜਪਾ ਸਰਕਾਰ ਵੇਲੇ ਇਸ ਹਸਪਤਾਲ ਵਿੱਚੋਂ MBBS ਡਾਕਟਰਾਂ ਤੋਂ ਇਲਾਵਾ ਬਾਕੀ ਸਪੈਸ਼ਲਿਸਟ ਡਾਕਟਰਾਂ ਦੀਆਂ ਸਾਰੀਆਂ ਅਸਾਮੀਆਂ ਵਾਪਸ ਲੈ ਕੇ ਇਸ ਨੂੰ ਰੈਫਰ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਕਾਫੀ ਪ੍ਰਭਾਵਿਤ ਹੋਈਆਂ ਸਨ। ਹੁਣ ਮੌਜੂਦਾ ਸਥਿਤੀ ਇਹ ਹੈ ਕਿ ਮਰੀਜ਼ਾਂ ਨੂੰ ਮਿਲਣ ਵਾਲੀਆਂ ਐਮਰਜੈਂਸੀ ਸੇਵਾਵਾਂ ਵੀ ਪਿਛਲੇ 5 ਮਹੀਨਿਆਂ ਤੋਂ ਠੱਪ ਪਈਆਂ ਨੇ, ਜਿਸ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਵਾਈ ਲੈਣ ਆਏ ਮਰੀਜ਼ਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਿੱਥੇ ਮਾਹਿਰ ਡਾਕਟਰਾਂ ਦੀ ਘਾਟ ਅਤੇ ਐਮਰਜੈਂਸੀ ਸੇਵਾਵਾਂ ਠੱਪ ਹੋਣ ਕਾਰਨ ਆ ਰਹੀਆਂ ਮੁਸ਼ਕਲਾਂ ਦਾ ਜ਼ਿਕਰ ਕੀਤਾ, ਉੱਥੇ ਹੀ ਉਹਨਾਂ ਪੰਜਾਬ ਸਰਕਾਰ ਨੂੰ ਡਾਕਟਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਪੂਰੀ ਕਰਕੇ ਐਮਰਜੈਂਸੀ ਸੇਵਾਵਾਂ ਬਹਾਲ ਕਰਨ ਦੀ ਮੰਗ ਕੀਤੀ ਹੈ। ਦਿੱਕਤ ਇਹ ਹੀ ਹੈ ਜੀ, ਡਾਕਟਰ ਹੈ ਨਹੀਂ ਜੀ, ਇੱਥੇ ਕੋਈ ਐਮਰਜੈਂਸੀ ਕੋਈ ਹੈ ਨਹੀਂ ਜੀ, ਸਾਨੂੰ ਦਿੱਕਤ ਆਉਂਦੀ ਜਦੋਂ ਰਾਤ ਨੂੰ ਪੇਸ਼ੈਂਟ ਆਉਣਾ ਉਦੋਂ ਵੀ ਨਹੀਂ ਦਿੱਕਤ ਆਉਂਦੀ ਹੈ ਜੀ, ਅਤੇ ਸਾਨੂੰ ਇਹੀ ਹੈ ਜੀ ਵੀ ਸਾਡੇ ਬਫਰ ਪੂਰੇ ਹੋਣੇ ਚਾਹੀਦੇ ਨੇ ਅਤੇ ਸਾਡਾ ਜੀ ਵਧੀਆ ਮੈਡੀਕਲ ਹੋਵੇ ਜੀ। ਜੇਕਰ ਰਾਤ ਨੂੰ ਮਤਲਬ ਐਮਰਜੈਂਸੀ ਨਹੀਂ ਹੁੰਦਾ ਫਿਰ ਕਿੱਥੇ ਜਾਣਾ ਪੈਂਦਾ? ਫਿਰ ਜੀ ਨਾਭੇ ਜਾਣਾ ਪੈਂਦਾ, ਮਲੇਰ ਕੋਲ ਜਾਣਾ, ਦੂਰ ਜਾਣਾ ਪੈਂਦਾ ਜੀ, ਸਾਨੂੰ ਦਿੱਕਤ ਆਉਂਦੀ ਹੈ ਜੀ। ਕੀ ਮੰਗ ਕਰਦੇ ਹੋ? ਕੀ ਮੰਗ? ਅਸੀਂ ਇਹੀ ਆਉਂਦੇ ਹਾਂ ਵੀ ਬਫਰ ਸਾਡੇ ਪਹੁੰਚਣੇ ਚਾਹੀਦੇ ਨੇ ਜੀ ਉੱਥੇ, ਵੀ ਸਾਨੂੰ ਰਾਤ ਨੂੰ ਦਿੱਕਤ ਨਾ ਆਵੇ ਨਾ ਦੇਣੇ। ਤੁਹਾਨੂੰ ਕੀ ਦਿੱਕਤ ਆਉਂਦੀ ਹੈ ਐਮਰਜੈਂਸੀ ਤੱਕ? ਰਾਤ ਨੂੰ ਮੇਨ ਦਿੱਕਤ ਕੁਛ ਡਾਕਟਰ ਤਾਂ ਹੁੰਦਾ ਨਹੀਂ ਐਮਰਜੈਂਸੀ 'ਚ, ਜਦੋਂ ਕੋਈ ਪੇਸ਼ੈਂਟ ਆਉਂਦਾ ਤਾਂ ਉਹਨੂੰ ਜਿਹੜੇ ਜੋ ਨਰਸ ਵਗੈਰਾ ਹੁੰਦੀਆਂ ਉਹ ਜਿੰਨੀ ਕਰ ਸਕਦੇ ਗੋਲੀ ਗੋਲੀ ਦੇ ਕੇ ਚਲੇ ਦਿੱਤੀਆਂ ਨੇ, ਫਿਰ ਦਿੱਕਤ ਇੰਨੀ ਆਉਂਦੀ ਹੈ ਵੀ ਜਦੋਂ ਜ਼ਿਆਦਾ ਕੋਈ ਸੀਰੀਅਸ ਨਾ ਉਹਨੂੰ ਜ਼ਿਆਦਾ ਪਟਿਆਲਾ ਜਾਂ ਫਿਰ ਮਲੇਰ ਕੋਲ ਜਾਣਾ ਪੈਂਦਾ, ਬਹੁਤ ਵੱਡੀ ਦਿੱਕਤ ਹੈ। ਕੀ ਮੰਗ ਕਰਦੇ ਤੁਸੀਂ, ਕੀ ਹੋਣਾ ਚਾਹੀਦਾ? ਸਪੈਸ਼ਲ ਡਾਕਟਰਾਂ ਨੇ ਪਹਿਲਾਂ ਪੋਸਟਾਂ ਇੱਥੇ ਭਰੀਆਂ ਹਨ ਅਤੇ ਐਮਰਜੈਂਸੀ ਵਿੱਚ 24 ਘੰਟੇ ਡਾਕਟਰ ਸਪੈਸ਼ਲ ਡਾਕਟਰ ਦੀ ਡਿਊਟੀ ਹੋਵੇ। ਕਿੱਥੇ ਦੇ ਰਹਿਣ ਵਾਲੇ ਤੁਸੀਂ? ਕੀ ਦਿੱਕਤ ਕੀ ਆ ਰਹੀ ਹੈ ਉਰੇ? ਸਾਨੂੰ ਇਹੀ ਪਰੇਸ਼ਾਨੀ ਆ ਰਹੀ ਹੈ, ਇੱਥੇ ਕੋਈ ਡਾਕਟਰ ਸਾਹਿਬ ਨਹੀਂ ਮਿਲਦੇ ਜੋ ਅਸੀਂ ਆਉਂਦੇ ਦਵਾਈ ਦੇ ਲੈਣ, ਅਤੇ ਡਾਕਟਰ ਸਾਹਿਬ ਹੁੰਦੇ ਨਹੀਂ ਜੀ ਇੱਥੇ, ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ, ਸਾਨੂੰ ਮਲੇਰਕੋਟਲੇ ਜਾਣਾ ਪੈਂਦਾ ਜੀ ਫਿਰ, ਅਤੇ ਤਾਂ ਕਰਕੇ ਸਾਨੂੰ ਇੱਥੇ ਚੰਗੇ ਡਾਕਟਰ ਦੀ ਲੋੜ ਹੈ ਜੀ। ਸਪੈਸ਼ਲਿਸਟ ਡਾਕਟਰ ਉਰੇ ਹੈਗਾ ਨਹੀਂ ਕੋਈ? ਨਹੀਂ ਜੀ, ਇੱਥੇ ਕੋਈ ਨਹੀਂ ਬੈਠਾ ਜੀ, ਦੇਖੋ ਹੁਣ ਅਸੀਂ ਦਵਾਈ ਲੈਣ ਆਏ ਹਾਂ, ਇੱਥੇ ਕੋਈ ਡਾਕਟਰ ਨਹੀਂ ਹੈ, ਇਹ ਸਾਨੂੰ ਬਹੁਤ ਮੁਸ਼ਕਿਲ ਹੁੰਦੀ ਹੈ ਜੀ। ਕੀ ਮੰਗ ਕਰਦੇ ਹੋ? ਅਸੀਂ ਇਹੀ ਚਾਹੁੰਦੇ ਹਾਂ ਜੀ ਵੀ ਇੱਥੇ ਵੀ ਚੰਗੇ ਡਾਕਟਰ ਆਉਣ, ਅਤੇ ਸਾਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ, ਅਤੇ ਵੀ ਅਸੀਂ ਆਪਣੀ ਦਵਾਈ ਵਗੈਰਾ ਲੈ ਸਕੀਏ ਠੀਕ ਢੰਗ ਨਾਲ। ਮੈਡਮ, ਇਹ ਜਿਹੜੀਆਂ ਮਾਰਚ ਤੋਂ ਅੰਮ੍ਰਿਤਗੜ੍ਹ ਹਸਪਤਾਲ ਦੀਆਂ ਸੇਵਾਵਾਂ ਬੰਦ ਨੇ ਐਮਰਜੈਂਸੀ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕੀ ਘਾਟ ਹੈ? ਸਾਡੇ ਕੋਲ ਮੈਡੀਕਲ ਆਫਿਸਰਸ ਦੀ ਘਾਟ ਆ, ਸਿਰਫ 3 ਮੈਡੀਕਲ ਆਫਿਸਰਸ ਹੈਗੇ ਆ, ਉਹਨਾਂ ਦੇ ਵਿੱਚੋਂ ਜਿਹੜਾ PSC ਦੇ ਵਿੱਚ ਹੈਗਾ 1 ਮੈਡੀਕਲ ਆਫਿਸਰ ਆ, 2 ਅਸੀਂ ਬਲੋਕ ਦੇ ਵਿੱਚੋਂ ਮੈਡੀਕਲ ਆਫਿਸਰ ਲੈ ਕੇ ਡੇ ਟਾਈਮ ਦੀ ਐਮਰਜੈਂਸੀ ਉਹਨਾਂ ਦੇ ਨਾਲ ਮੇਨਟੇਨ ਕਰ ਰਹੇ ਆ, ਰਾਤ ਨੂੰ ਸਾਡੇ ਮੈਡੀਕਲ ਆਫਿਸਰ ਜਿਹੜੇ ਆ ਉਹ ਔਨ ਕਾਲ ਹੁੰਦੇ ਆ। ਕਿੱਥੋਂ ਆਉਂਦੇ ਨੇ ਜਿਹੜੇ ਔਨ ਕਾਲ ਡਾਕਟਰ? ਕਈ ਵਾਰੀ ਤਾਂ ਲੋਕਲੀ ਸਟੇਅ ਕਰ ਜਾਂਦੇ ਆ, ਅਤੇ ਬਾਕੀ ਇੱਕ ਨਾਭਾ ਤੋਂ ਆ ਰਿਹਾ ਜਾਂ ਕੋਈ ਲੋਕਲੀ ਸਟੇਅ ਕਰ ਰਿਹਾ। ਕਿੰਨਾ ਸਮਾਂ ਹੋ ਗਿਆ ਬੰਦ ਹੋਈ ਜਿਹੜੀ ਐਮਰਜੈਂਸੀ? ਇਹ ਤਕਰੀਬਨ ਮਾਰਚ ਤੋਂ ਸਾਡੀ ਐਮਰਜੈਂਸੀ, ਨਾਈਟ ਡਿਊਟੀ ਨਹੀਂ ਚੱਲ ਰਹੀ, ਡੇ ਟਾਈਮ ਦੀ ਐਮਰਜੈਂਸੀ ਚੱਲ ਰਹੀ ਹੈ। ਡਾਕਟਰਾਂ ਦੀਆਂ ਪੋਸਟਾਂ ਨੇ ਉਹ ਕਿੰਨੀਆਂ ਪੋਸਟਾਂ ਨੇ ਉਹਦੇ ਉੱਤੇ, ਕਿੰਨੀਆਂ ਫਿਲ ਨੇ? ਸਾਡੇ ਕੋਲ 6 ਪੋਸਟਾਂ ਲੋਕਲ ਇੱਥੇ CSC ਦੇ ਵਿੱਚ ਹੈ, ਉਹਨਾਂ ਦੇ ਵਿੱਚੋਂ 1 ਡਾਕਟਰ ਪੋਸਟਡ ਆ। MD ਵਗੈਰਾ ਦੀ? MD ਡਾਕਟਰ ਕੋਈ ਨਹੀਂ, ਕੋਈ ਸਪੈਸ਼ਲਿਸਟ ਡਾਕਟਰ ਨਹੀਂ ਹੈ। ਸਪੈਸ਼ਲਿਸਟ ਦੀਆਂ ਕਿੰਨੀਆਂ ਪੋਸਟਾਂ ਨੇ? ਸਾਡੇ ਕੋਲ ਸਪੈਸ਼ਲਿਸਟ ਦੀਆਂ MD ਮੈਡੀਸਨ ਦੀ ਪੋਸਟ ਵੀ ਸੈਂਕਸ਼ਨਡ ਹੈਗੀ ਆ, ਗਾਇਨੀ ਦੀ ਵੀ ਸੈਂਕਸ਼ਨਡ ਆ, ਪੀਡੈਟ੍ਰਿਕਸ ਅਤੇ ਸਰਜਰੀ ਦੀਆਂ 4 ਪੋਸਟਾਂ ਸੈਂਕਸ਼ਨਡ ਹੈਗੀਆਂ ਸਪੈਸ਼ਲਿਸਟ ਦੀਆਂ।
ਹਾਂਜੀ ਬਿਲਕੁਲ ਉਮੀਦ ਹੈਗੀ ਆ, ਲਿਸਟ ਦੇ ਵਿੱਚ ਇੱਕ ਕੱਲ੍ਹ ਹੀ ਲਿਸਟ ਆਈ ਆ, ਉਹਨਾਂ ਦੇ ਵਿੱਚ ਇੱਕ ਡਾਕਟਰ ਦੇ ਆਰਡਰ ਸਭ ਹੋਏ ਆ, ਉਮੀਦ ਆ ਕਿ ਹੋਰ ਲਿਸਟ ਆਉਣਗੇ ਅਤੇ ਸਾਡੀਆਂ ਪੋਸਟਾਂ ਫਿਲ ਹੋ ਜਾਣਗੀਆਂ। ਰਿਟਰਨ ਦੇ ਵਿੱਚ ਤੁਸੀਂ ਡਿਪਾਰਟਮੈਂਟਲੀ ਦੇ ਰਹੇ ਹੋ? ਹਾਂਜੀ ਅਸੀਂ ਹਰੇਕ ਮਹੀਨੇ ਲਿਸਟ ਵਿੱਚ ਦਿੰਦੇ ਹਾਂ। ਅਤੇ ਮੈਡਮ ਇੱਕ ਕੰਧ ਵਗੈਰਾ ਹੋਈ ਪਈ ਆ, ਉਹਦੇ ਰਿਗਾਰਡਿੰਗ ਮਤਲਬ ਕੀ ਟੋਟਲ? ਹਾਂਜੀ ਪਿੱਛੇ ਜੇ ਬਰਸਾਤ ਆਈ ਸੀਗੀ, ਉਹ ਪਾਣੀ ਦੇ ਫਲੋ ਦੇ ਨਾਲ ਇੱਕ ਸਾਈਡ ਤੋਂ ਬਾਉਂਡਰੀ ਵਾਲ ਗਿਰ ਗਈ ਆ, ਉਹਦਾ ਅਸੀਂ ਐਸਟੀਮੇਟ ਬਣਵਾ ਕੇ, ਕਿਉਂਕਿ ਉਹ ਕਾਫੀ ਹੈਗੀ ਆ, 110 ਫੁੱਟ ਤੱਕ ਕੰਧ ਗਿਰੀ ਆ ਸਾਡੀ ਬਾਉਂਡਰੀ ਵਾਲ ਵਾਸਤੇ, ਅਸੀਂ ਸੈਂਕਸ਼ਨ ਵਾਸਤੇ MD ਮੋਹਾਲੀ ਉਹਨਾਂ ਨੂੰ ਲਿਖ ਦਿੱਤਾ ਹੈ, ਅਤੇ ਉਮੀਦ ਆ ਕਿ ਅਸੀਂ ਜਲਦੀ ਬਣਾ ਦਾਂਗੇ, ਕਿਉਂਕਿ ਕਾਫੀ ਇੱਥੇ ਸਾਡੇ ਸਟਾਫ ਨੂੰ ਵੀ ਪ੍ਰੋਬਲਮ ਆ ਰਹੀ ਹੈ। ਇਹ ਪੋਸਟਾਂ ਨੂੰ ਜੇ ਤੁਸੀਂ ਲਿਖਤੀ ਦਿੰਦੇ ਹਾਂ ਤਾਂ ਫਿਰ ਕੀ ਆਨਸਰ ਵਗੈਰਾ ਆਉਂਦਾ, ਤੁਸੀਂ ਮਿਲੇ ਵੀ ਹੋਵੋਗੇ ਇਸ ਸੰਬੰਧ ਵਿੱਚ CMO ਨੂੰ ਜਾਂ ਹੋਰ ਨੂੰ, ਕੀ ਜਵਾਬਦੇਹੀ ਕਹਿ ਰਹੇ ਨੇ? ਸਾਨੂੰ ਤਾਂ ਇਹੀ ਹੈ ਵੀ ਆ ਜਾਣਗੇ ਡਾਕਟਰਸ ਦੀ ਪੋਸਟਿੰਗ ਹੋ ਜਾਏਗੀ, ਹੁਣ ਤਾਂ ਕਾਫੀ ਅਪੁਆਇੰਟਮੈਂਟਸ ਹੋ ਰਹੀਆਂ ਆ, ਉਮੀਦ ਆ ਕਿ ਸਾਡੀਆਂ ਪੋਸਟਾਂ ਫਿਲ ਹੋ ਜਾਣਗੀਆਂ। ਆਵਾਜ਼ ਕੌਮ ਟੀਵੀ ਲਈ ਅਮਰਗੜ੍ਹ ਤੋਂ ਰਣਜੀਤ ਮਣੀ ਦੀ ਰਿਪੋਰਟ।